ब्रह्म दत्त पाठक पिंड मेरा मेघवाल दुआबा जिला होशियारपुर सरकारी दरबारे जाके बस जे तक वो वाकफ हैगा कोई तो फिर ठीक है नहीं तो जेड़ा नहीं वाकफ है वो फिर जेड़ा अमला फैला हैगा तहसील का वो घट्टे ही रिस्पैक्ट है जी रिस्पैक्ट समा जेड़ा पहला पहला सीगा वो हुण नहीं हैगा नंबरदारा नूं गया नूं देखो रिस्पैक्ट सब तो पहला हर एक बंदा रिस्पैक्ट जाता है पहली चीज़ तो यह है जिस वेले वो उत्थे जावे कोई उन्होंने वक्रा बैठन लई कोई जगह होनी चाहिए है जिथे जाके जिदा पटवारियों वास्ते आ दूजे तीजे वास्ते इस तरह इन्हों का भी उत्थे कोई प्रबंध होना चाहिए जिथे जाके आराम नाल बैठ सकन सम्मान नाल बैठ सकन ये नहीं पे उत्थे चपरासी कर लंबड़ा जी चलो बैठो लंबड़ा जी चलो बाहर चौकीदार ग्रांड दे विच लोग आम तौर पर यही कहते हैं कि जेड़ा पुराना समा सीगा अंग्रेज़ा वेले चौकीदार पहरा दिंदे हुंदे सीगे रात नूं जाग भइयो करदे हुंदे सी हुण तां कोई पहरा ही नहीं दिंदा हुण चौकीदार कहदा ये लगा है सानूं ते ओ चौकीदार देण दे विच किंतु परंतु करदे आ कई लोग तां दिंदे ही नहीं उहनां दे नाल जे हुण सख्ती ना वरतीए ਤਾਂ ਸਮਾਜਿਕ ਸੰਬੰਧ ਸਾਡੇ ਖਰਾਬ ਹੁੰਦੇ ਇਸ ਕਰਕੇ ਉਹ ਕਈ ਵਾਰੀ ਕੋਲੋਂ ਹੀ ਪਾਉਣਾ ਪੈਂਦਾ ਦੇਖੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਪਰ ਹੈ ਗਿਆ ਇਹ ਥੋੜ੍ਹਾ ਜਿਹਾ ਘੱਟ ਆ ਪਹਿਲਾਂ ਪਹਿਲਾਂ ਤਾਂ ਹੁੰਦਾ ਹੀ ਨਹੀਂ ਸੀਗਾ ਤਾਂ ਫਿਰ ਲਾ ਦਿੱਤਾ ਚਲੋ ਕੁਛ ਮਾਣ ਭੱਤਾ ਜਿਹੜਾ ਆ ਇਹ ਹੋਰ ਵਧਣਾ ਚਾਹੀਦਾ ਨੰਬਰਦਾਰਾਂ ਟੀਚਰ ਕਿਉਂਕਿ ਮੇਰੀ ਲਾਈਫ ਜਿਹੜੀ ਹੈ ਨਾ ਫੋਰ ਅਬਾਊਟ 38 ਈਅਰਸ ਮੈਂ ਪੜ੍ਹਾਇਆ ਅਤੇ ਇਸ ਡੈਡੀਕੇਸ਼ਨ ਦੇ ਨਾਲ ਪੜ੍ਹਾਇਆ ਕਿ ਜਿਹੜੇ ਬੱਚੇ ਪੜ੍ਹਾਇਆ ਵੱਡੇ ਵੱਡੇ ਅਫਸਰ ਰਿਜ਼ਰਵ ਬੈਂਕ ਦੇ ਮੈਨੇਜਰ ਕੋਈ MBBS ਡਾਕਟਰ ਕੋਈ ਪੁਲਿਸ ਦਾ DSP SSP ਜਦੋਂ ਆਉਂਦੇ ਆ ਨਾ ਪਹਿਲੇ ਪੜ੍ਹੇ ਉੱਥੇ ਪੈਰਾਂ ਨੂੰ ਹੱਥ ਲਾਉਂਦੇ ਆ ਜਿੱਦਾਂ ਪੇਰੈਂਟਸ ਦੇ ਆਪਣੇ ਫਾਦਰ ਦੀ ਕਰਦੇ ਸੀ ਨਾ ਇੱਜ਼ਤ ਇੱਦਾਂ ਹੀ ਕਰਦੇ ਆ ਪਰ ਅੱਜ ਦਾ ਜਿਹੜਾ ਸਮਾਂ ਆ ਉਹ ਗੋਡ ਅੱਜ ਤਾਂ ਟੀਚਰ ਨੂੰ ਇੱਕ ਨੌਕਰ ਸਮਝਿਆ ਆ ਟੀਚਰ ਦੀ ਅੱਜ ਰਿਸਪੈਕਟ ਹੈ ਨਹੀਂ ਉਹ ਮਾਹੌਲ ਵੀ ਹੈ ਨਹੀਂ ਅੱਗੇ ਕੁੱਟਮਾਰ ਕਰਕੇ ਵੀ ਪੜ੍ਹਾਉਂਦੇ ਹੁੰਦੇ ਸੀਗੇ ਹੁਣ ਤਾਂ ਟੀਚਰ ਵੀ ਡਰਦੇ ਆ ਅੱਗੇ ਸਟੂਡੈਂਟ ਡਰਦੇ ਸੀ ਟੀਚਰਾਂ ਤੋਂ ਹੁਣ ਟੀਚਰ ਡਰਦੇ ਆ ਰਿਵਰਸ ਹੋ ਗਿਆ ਕੁਆਲੀਫਿਕੇਸ਼ਨ ਤਾਂ ਬਿਨਾਂ ਤਾਂ ਨੰਬਰਦਾਰੀ ਜਿਹੜੀ ਕਰਨੀ ਆ ਮੇਰੇ ਖਿਆਲ ਦੇ ਵਿੱਚ ਤਾਂ ਠੀਕ ਨਹੀਂ ਹੈਗੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜਿਹਨੂੰ ਕਿ ਮਾਡਰਨ ਜੋ ਮਾੜੇ ਮੋਟੇ ਥੋੜ੍ਹੇ ਬਹੁਤੇ ਜ਼ਿਆਦਾ ਤਾਂ ਨਹੀਂ ਜਿੰਨੇ ਕੁ ਦੀ ਲੋੜ ਹੈਗੀ ਉਨੇ ਕਾਨੂੰਨ ਦਾ ਪਤਾ ਹੋਵੇ ਕਿਹੜੀ ਚੀਜ਼ ਗਲਤ ਆ ਕਿਹੜੀ ਠੀਕ ਆ ਕਿਹਨੂੰ ਟੈਸਟ ਕਰਨਾ ਕਿਹਨੂੰ ਵੈਰੀਫਾਈ ਕਰਨਾ ਕਿਹਨੂੰ ਨਹੀਂ ਕਰਨਾ ਇੰਨਾ ਤਾਂ ਨੌਲੇਜ ਹੋਣਾ ਚਾਹੀਦਾ ਇੱਕ ਅਨਪੜ੍ਹ ਬੰਦਾ ਜਿਹੜਾ ਆ ਅੰਗੂਠੇ ਛਾਪ ਬੰਦਾ ਤਾਂ ਉਹ ਇੰਨਾ ਮੇਰਾ ਖਿਆਲ ਹੈ ਇੰਨੀ ਜੱਜਮੈਂਟ ਨਹੀਂ ਕਰ ਸਕਦਾ ਇਹੋ ਜਿਹੀ ਗੁੱਥੀ ਹੈ ਜਿਹੜੀ ਸਮਝ ਨਹੀਂ ਆ ਰਹੀ ਗੌਰਮੈਂਟ ਦੇ ਜਦੋਂ ਟੈਲੀਵਿਜ਼ਨ ਵਗੈਰਾ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਤਾਂ ਉਹ ਤਾਂ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਬਿਹਤਰੀ ਵਾਸਤੇ ਸਭ ਕੁਛ ਕਰ ਰਹੇ ਹਾਂ ਕਿਸਾਨ ਕਹਿ ਰਹੇ ਇਹ ਕਿ ਸਾਡੇ ਇਹੋ ਇੱਕ ਕਿਸਮ ਦੇ ਡੈਥ ਵਾਰੰਟ ਆ ਕੋਈ ਕਲੀਅਰ ਨਹੀਂ ਹੋ ਰਿਹਾ ਬਈ ਇੱਕ ਚੀਜ਼ ਤਾਂ ਹੈਗੀ ਆ ਕਿ ਸਰਕਾਰ ਜਦੋਂ ਜ਼ਿਮੀਂਦਾਰ ਕਹਿੰਦੇ ਵੀ ਸਾਨੂੰ ਇਹ ਨਹੀਂ ਜਾਇਜ਼ ਤਾਂ ਜ਼ਬਰਦਸਤੀ ਦੇਣ ਦੀ ਕੀ ਲੋੜ ਆ ਫਿਰ ਤਾਂ ਨਾ ਦੇਣ ਇਹਨਾਂ ਨੂੰ ਜੋ ਕੁਛ ਵੀ ਜੇ ਉਹ ਕਹਿੰਦੇ ਦੁੱਗਣੀ ਕਰਨੀ ਆ ਉਹ ਕਹਿੰਦੇ ਸਾਨੂੰ ਨਹੀਂ ਇੰਨੀ ਠੀਕ ਆ ਸਾਡੇ ਲਈ ਤਾਂ ਫਿਰ ਜ਼ਰੂਰੀ ਥੋੜ੍ਹਾ ਦੁੱਗਣੀ ਕਰਨੀ ਹੈਗੀ ਆ